ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਇੱਕ ਨਵਾਂ ਜ਼ਮੀਨ ਦਾ ਟੁਕੜਾ ਜਿਹੜਾ ਵਿਕਾਊ ਹੋਇਆ ਉਹ ਲੈ ਕੇ ਆਏ ਹਾਂ। ਅਤੇ ਇਹ ਟੁਕੜਾ ਜਿਹੜਾ 43 ਏਕੜ ਜ਼ਮੀਨ ਜਿਹੜੀ ਵਿਕਾਊ ਹੋਈ ਹੈ, ਇਸ ਜ਼ਮੀਨ ਦੇ ਵਿੱਚੋਂ ਜੇ ਤੁਸੀਂ 24 ਏਕੜ ਲੈਣਾ ਚਾਹੋ ਤਾਂ 24 ਏਕੜ ਵੀ ਮਿਲ ਜੂਗੀ। ਪਰ ਕੀ ਇਹ ਵੀ 24 ਏਕੜ ਦੇ ਵਿੱਚ 2 ਮੋਟਰਾਂ ਮਿਲਣਗੀਆਂ ਅਤੇ 43 ਏਕੜ ਦੇ ਵਿੱਚ 4 ਮੋਟਰਾਂ ਮਿਲਣਗੀਆਂ। ਅਤੇ ਇਸ ਜ਼ਮੀਨ ਦੇ ਵਿੱਚ ਜਿਹੜਾ ਘੱਗਰ ਤੋਂ ਵੀ ਪੈਪ ਲਾਈਨ ਹੈ ਜਿਹੜੀ ਆਉਂਦੀ ਆ, ਘੱਗਰ ਤੋਂ ਵੀ ਪਾਣੀ ਜਿਹੜਾ ਆਉਂਦਾ ਗਾ ਅਤੇ ਉਹ ਪੈਪ ਲਾਈਨ ਹੈ ਜਿਹੜੀ ਪਾਈ ਹੋਈ ਆ, ਉੱਥੇ ਵੀ ਇੱਕ ਮੋਟਰ ਲੱਗੀ ਹੋਈ ਹੈ। ਜੇ ਤੁਸੀਂ 43 ਕਿੱਲੇ ਲਵੋਗੇ ਤਾਂ ਉਹਦੇ ਵਿੱਚ ਤੁਹਾਨੂੰ 50% ਯਾਨੀ ਕਿ ਅੱਧੀ ਮੋਟਰ ਘੱਗਰ ਨਦੀ ਤੋਂ ਉੱਪਰੋਂ ਮਿਲੂਗੀ। ਜੇ ਤੁਸੀਂ 24 ਕਿੱਲੇ ਲਵੋਗੇ ਤਾਂ ਆਪਾਂ ਇਹ ਕਹਿ ਸਕਦੇ 25 ਪੈਸੇ ਮੋਟਰ ਯਾਨੀ ਕਿ ਚੌਥਾ ਹਿੱਸਾ ਮੋਟਰ ਉਹ ਮਿਲੂਗੀ। ਅਤੇ ਇੱਕ ਕਨਾਲ ਜਗ੍ਹਾ ਦੇ ਵਿੱਚ ਉੱਥੇ ਮੋਟਰ ਲੱਗੀ ਹੋਈ ਹੈ, ਬਾਕੀ ਘੱਗਰ ਤੋਂ ਪੈਪ ਲਾਈਨ ਵੀ ਪਾਈ ਹੋਈ ਆ ਅਤੇ ਘੱਗਰ ਤੋਂ ਪੈਪ ਲਾਈਨ ਪਾ ਕੇ ਇਸ ਜ਼ਮੀਨ ਦੇ ਵਿੱਚ ਲਿਆਂਦੀ ਹੋਈ ਆ। ਅਤੇ ਘੱਗਰ ਦਾ ਖੁੱਲ੍ਹਾ ਪਾਣੀ ਚੱਕ ਕੇ ਆਪਦਾ ਸਾਧਨ ਕੁਛ ਵੀ ਲਾ ਕੇ ਖੁੱਲ੍ਹਾ ਪਾਣੀ ਚੱਕ ਕੇ ਵੀ ਇਸ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਵਰਤਿਆ ਜਾ ਸਕਦਾ। ਡਾਕਰ ਜ਼ਮੀਨ ਹੈ, ਕਾਲੜਾ ਵਾਹਣ ਹੈ, ਕੋਈ ਵੀ ਇੱਥੇ ਫਸਲ ਹੈ ਜਿਹੜੀ ਹੋ ਸਕਦੀ ਹੈ। ਤੁਸੀਂ ਮੰਨ ਲਓ ਕੋਈ ਬਾਗ ਲਾਉਣਾ ਹੈ, ਕੋਈ ਸਬਜ਼ੀ ਲਾਉਣੀ ਹੈ, ਕੋਈ ਕਣਕ ਝੋਨਾ ਨਰਮਾ ਕਪਾਹ ਜੋ ਵੀ ਫਸਲ ਮਨ ਕਰਦਾ ਜੋ ਵੀ ਉਹ ਹਰ ਪ੍ਰਕਾਰ ਦੀ ਫਸਲ ਹੈ ਜਿਹੜੀ ਇੱਥੇ ਬੀਜੀ ਜਾ ਸਕਦੀ ਆ। ਅਤੇ ਜੇ ਆਪਾਂ ਗੱਲ ਕਰੀਏ ਵੀ ਇਸ ਜ਼ਮੀਨ ਦੇ ਵਿੱਚ ਜਿਹੜੇ ਮਕਾਨ ਹੈ ਉਹ ਬਣੇ ਹੋਏ ਆ, 3 ਕੋਠੀਆਂ ਬਣੀਆਂ ਹੋਈਆਂ, ਬਾਕੀ ਪਸ਼ੂਆਂ ਵਾਲਾ ਜਾਂ ਤੂੜੀ ਵਗੈਰਾ ਸਾਂਭਣ ਵਾਲਾ ਉਹ ਅਲੱਗ ਬਣਿਆ ਹੋਇਆ ਗਾ। ਅਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਜਾਂ ਦੂਰੀ ਦੀ ਗੱਲ ਕਰੀਏ ਤਾਂ ਇਸ ਜ਼ਮੀਨ ਦੀ ਜਿਹੜੀ ਦੂਰੀ ਹੈ ਸਰਸੇ ਤੋਂ ਵੀ 18 ਕਿਲੋਮੀਟਰ ਹੈ ਅਤੇ ਸਰਦੂਲਗੜ੍ਹ ਤੋਂ ਵੀ 18 ਕਿਲੋਮੀਟਰ ਹੈ ਅਤੇ ਅਨਾਜ ਮੰਡੀ ਤੋਂ 2-3 ਕਿਲੋਮੀਟਰ ਦੀ ਦੂਰੀ 'ਤੇ ਇਹ ਜਿਹੜੀ ਜ਼ਮੀਨ ਹੈ। ਅਤੇ ਜ਼ਮੀਨ ਦੇ ਵਿੱਚ ਪੱਕਾ ਰਸਤਾ ਯਾਨੀ ਕਿ ਪਹੀ ਦੇ ਉੱਪਰ ਹੈ ਜਿਹੜਾ ਸੜਕ ਤੋਂ 2-3 ਕਿੱਲੇ ਪਿੱਛੇ ਹੈ, ਪਹੀ ਦੇ ਵਿੱਚ ਇੱਟਾਂ ਦਾ ਜਿਹੜਾ ਖਰੌਂਜਾ ਲੱਗਿਆ ਹੋਇਆ, ਇੱਟਾਂ ਲੱਗੀਆਂ ਹੋਈਆਂ, ਉਹ ਰਸਤਾ ਇਸ ਜ਼ਮੀਨ ਦੇ ਵਿੱਚ ਹੈ ਜਿਹੜਾ ਆਉਂਦਾ ਗਾ। ਅਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਤਕਰੀਬਨ ਇਹ ਕਹਿ ਸਕਦੇ ਹਾਂ ਆਪਾਂ ਵੀ 37 ਲੱਖ ਰੁਪਏ ਦੀ ਇਸ ਜ਼ਮੀਨ ਦੀ ਜਿਹੜੀ ਡਿਮਾਂਡ ਹੈਗੀ ਹੈ, 37 ਲੱਖ ਰੁਪਇਆ ਜਿਹੜਾ ਮੰਗਦੇ ਹੈ। ਅਤੇ ਬਾਕੀ ਮੌਕੇ 'ਤੇ ਜਿਹੜਾ ਵਾਧਾ ਘਾਟਾ ਜਿਹੜਾ ਹੋ ਜੂਗਾ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪਣੀ ਜ਼ਮੀਨ ਜਾਇਦਾਦ ਮਕਾਨ ਕੋਠੀ ਦੀ ਕਿਸੇ ਦੀ ਵੀ ਪ੍ਰਮੋਸ਼ਨ ਕਰਵਾਉਣੀ ਹੈ ਤਾਂ ਵੀ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਹੋ। ਅਤੇ ਜੇ ਤੁਸੀਂ ਆਪਦੀ ਜ਼ਮੀਨ ਜਾਇਦਾਦ ਕੋਠੀ ਪਲਾਟ ਮਕਾਨ ਵੇਚਣਾ ਤਾਂ ਉਸ ਦੀ ਐਡ ਪਵਾਉਣ ਵਾਸਤੇ ਵੀ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਅਤੇ ਇਹ ਜ਼ਮੀਨ ਹੈ ਜਿਹੜੀ ਇਸ ਦੇ ਖਰੀਦਣ ਵਾਸਤੇ ਤੁਸੀਂ ਹੇਠਾਂ ਜਿਹੜੇ ਨੰਬਰ ਦਿੱਤੇ ਨੇ ਉਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ, ਖਰੀਦਣ ਵਾਸਤੇ ਮਿਲ ਸਕਦੇ ਹੋ ਜਾਂ ਦੇਖਣ ਵਾਸਤੇ ਇਸ ਜ਼ਮੀਨ ਨੂੰ ਆ ਸਕਦੇ ਹੋ। ਅਤੇ ਜੇ ਤੁਸੀਂ ਆਪਦੀ ਐਡ ਪ੍ਰਮੋਸ਼ਨ ਕਰਵਾਉਣੀ ਹੈ ਤਾਂ ਸਾਡਾ ਜਿਹੜਾ ਚੈਨਲ ਦਾ ਉੱਪਰ ਨੰਬਰ ਹੈ ਉਹ ਉਸ 'ਤੇ ਸੰਪਰਕ ਕਰਕੇ ਸਾਡੇ ਨਾਲ ਚੈਨਲ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਪਣੀ ਜ਼ਮੀਨ ਜਾਇਦਾਦ ਕੋਠੀ ਮਕਾਨ ਆਦਿ ਵੇਚਣ ਵਾਸਤੇ। ਤਾਂ ਆਪਾਂ ਹੁਣ ਚੱਲਦੇ ਹਾਂ ਅੱਗੇ, ਕਿਸੇ ਹੋਰ ਆਪਾਂ ਜ਼ਮੀਨ ਦੇ ਟੁਕੜੇ ਕੋਠੀ ਮਕਾਨ ਪਲਾਟ ਨਾਲ ਆਪਾਂ ਮਿਲਦੇ ਹਾਂ, ਤੁਹਾਡੇ ਰੂਬਰੂ ਕਰਵਾਉਂਦੇ ਹਾਂ। ਤਾਂ ਚੱਲਦੇ ਹਾਂ ਆਪਾਂ ਅੱਗੇ।